ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਕਿੱਦਾਂ ਦਰਬਾਰੇ ਖਾਲਸਾ ਦੀ ਟੀਮ ਲੱਗੀ ਹੈ ਉਜੜਿਆਂ ਦੇ ਘਰ ਬਣਾਉਣ, ਹੜਾਂ 'ਚ ਹੜੇ ਹੋਇਆਂ ਦੇ ਲੈਂਟਰ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਪੰਜਾਬ ਨੇ ਹੜਾਂ ਦੀ ਜੋ ਤਰਾਸਦੀ ਝੇਲੀ, ਉਸ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਅਜਿਹੇ ਸੀ ਜਿਹਨਾਂ ਦਾ ਜਾਨੀ ਅਤੇ ਮਾਲੀ ਇੰਨਾ ਕੁ ਨੁਕਸਾਨ ਹੋਇਆ, ਜਿਹਨਾਂ ਨੂੰ ਪਟੜੀ ਉੱਤੇ ਆਉਂਦਿਆਂ ਸਾਲਾਂ ਲੱਗ ਜਾਣਗੇ। ਪਰ ਅਜਿਹੇ ਲੋਕਾਂ ਵਾਸਤੇ ਇੱਕ ਉਮੀਦ ਦੀ ਕਿਰਨ ਬਣ ਕੇ ਆਏ ਨੇ ਦਰਬਾਰੇ ਖਾਲਸਾ ਦੇ ਉਹ ਸਿੰਘ, ਜੋ ਘਰ ਘਰ ਪਹੁੰਚ ਕੇ ਹਰ ਜ਼ਰੂਰਤ ਦੀ ਚੀਜ਼ ਮੁਹੱਈਆ ਕਰਵਾ ਰਹੇ ਨੇ, ਜੋ ਪਸ਼ੂਆਂ ਦੇ ਚਾਰੇ ਤੋਂ ਲੈ ਕੇ ਲੋਕਾਂ ਦੇ ਖਾਣ ਪੀਣ ਦੀ ਸਮੱਗਰੀ ਤੱਕ, ਅਤੇ ਹੁਣ ਜਿਹਨਾਂ ਦੇ ਘਰ ਢਹਿ ਢੇਰੀ ਹੋ ਗਏ ਸਨ, ਮਕਾਨ ਢਹਿ ਢੇਰੀ ਹੋ ਗਏ ਸਨ, ਉਹਨਾਂ ਦੀਆਂ ਛੱਤਾਂ ਤੱਕ ਬਣਵਾਉਣ 'ਤੇ ਲੱਗੇ ਹੋਏ ਨੇ, ਲੈਂਟਰ ਤੱਕ ਪਵਾਉਣ 'ਤੇ ਲੱਗੇ ਹੋਏ ਨੇ, ਆਸ਼ਿਆਨੇ ਤੱਕ ਬਣਵਾਉਣ ਵਿੱਚ ਲੱਗੇ ਹੋਏ ਨੇ। ਹਾਲ ਹੀ ਦੇ ਵਿੱਚ ਪਿੰਡ ਨਸੀਰਪੁਰ ਦੇ ਵਿੱਚ ਇੱਕ ਪਰਿਵਾਰ ਦਾ, ਜਿਸ ਦਾ ਸਭ ਕੁਝ ਉਜੜ ਗਿਆ ਸੀ, ਇਸ ਹੜ੍ਹ ਦੇ ਵਿੱਚ ਉਹਨਾਂ ਦੇ ਮਕਾਨ ਦੀ ਸ਼ੁਰੂਆਤ ਕੀਤੀ ਗਈ ਅਤੇ ਲੈਂਟਰ ਪਾਇਆ ਗਿਆ। ਗੁਰਪਿਆਰੇ, ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਅਗਰ ਆਪਣੀਆਂ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਵਾਕਈ ਰੱਬ ਦੇ ਲੇਖੇ ਕੁਛ ਲਾਉਣਾ ਚਾਹੁੰਦੇ ਹਾਂ, ਤਾਂ ਅਸੀਂ ਉਹਨਾਂ ਜਥੇਬੰਦੀਆਂ ਦਾ ਜ਼ਰੂਰ ਸਾਥ ਦੇਈਏ ਜੋ ਲੋਕ ਭਲਾਈ ਵਾਸਤੇ, ਮਨੁੱਖਤਾ ਦੀ ਸੇਵਾ ਵਾਸਤੇ ਦਿਨ ਰਾਤ ਇੱਕ ਕਰ ਰਹੀਆਂ ਨੇ, ਜੋ ਵਾਕਈ ਤਨੋ ਮਨੋ ਤਨੋ ਸੰਗਤ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਨੇ। ਬੇਸ਼ੱਕ ਉਹ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ ਭਾਈ ਗੁਰਪ੍ਰੀਤ ਸਿੰਘ ਜੀ ਹੋਣ, ਜਾਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜਦੀਵਾਲ ਵਾਲੇ ਸਿੰਘ ਹੋਣ, ਜਾਂ ਖਾਲਸਾ ਏਡ ਹੋਵੇ, ਜਾਂ ਦਰਬਾਰੇ ਖਾਲਸਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੜਾਂ ਕਰਕੇ ਨੁਕਸਾਨੇ ਗਏ, ਢਹਿ ਢੇਰੀ ਹੋਏ ਮਕਾਨਾਂ ਦੀ ਸੇਵਾ ਜਿਹੜੀ ਦਰਬਾਰੇ ਖਾਲਸਾ ਵੱਲੋਂ ਸ਼ੁਰੂ ਕੀਤੀ ਗਈ ਹੈ। ਨਸੀਰਪੁਰ ਪਿੰਡ ਦੇ ਵਿੱਚ ਪਹਿਲਾ ਲੈਂਟਰ ਜਿਹੜਾ ਪੈ ਰਿਹਾ ਹੈ, 15x13 ਦੇ 3 ਕਮਰੇ, ਜਿਹੜੇ ਪਿੰਡ ਫਤੂਹੀ ਵਾਲਾ ਵਿਧਾਨ ਸਭਾ ਹਲਕਾ ਲੰਬੀ ਅਤੇ ਪਿੰਡ ਰਾਮਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੀ ਸੰਗਤ ਦੇ ਨਾਲ ਇਹ ਜਿਹੜਾ ਪ੍ਰੋਪਰ ਹੈ ਮਕਾਨ ਬਣ ਕੇ ਤਿਆਰ ਹੋਣ ਜਾ ਰਹੇ ਨੇ, ਅੱਜ ਲੈਂਟਰ ਪੈ ਰਿਹਾ ਹੈ। ਸੋ ਇਸ ਤਰ੍ਹਾਂ ਜਿਹੜੀਆਂ ਸੇਵਾਵਾਂ ਨੇ ਇੱਥੇ ਲਗਾਤਾਰ ਜਿਹੜੀਆਂ ਨਿਭਾਈਆਂ ਜਾ ਰਹੀਆਂ ਨੇ, ਜਿੱਥੇ ਕਿਸਾਨਾਂ ਲਈ DAP ਵੰਡੀ ਜਾ ਰਹੀ ਹੈ, ਔਰ ਜਿਹੜੇ ਪ੍ਰਾਣੀ ਚੜ੍ਹਾਈ ਕਰ ਗਏ ਉਹਨਾਂ ਦੇ ਵਾਰਸਾਂ ਤੱਕ ਪਹੁੰਚ ਕਰਕੇ 25-25 ਹਜ਼ਾਰ ਦੀ ਤੁੱਛ ਸੇਵਾ ਦਿੱਤੀ ਜਾ ਰਹੀ ਹੈ। ਨਾਲ ਨਾਲ ਜਿਹੜੇ ਨੁਕਸਾਨੇ ਗਏ ਮਕਾਨ ਨੇ ਉਹਨਾਂ ਦੀ ਮੁੜ ਉਸਾਰੀ ਦਾ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਸੋ ਇਹ ਸੇਵਾ ਜਿਹੜੀ ਹੈ ਜੀ ਲਗਾਤਾਰ ਗੁਰੂ ਦੀ ਬਖਸ਼ਿਸ਼ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਜਾਰੀ ਹੈ। ਨਸੀਰਪੁਰ ਪਿੰਡ ਹੈ ਇਹ, ਜਿੱਥੇ ਇਹ ਸਾਰਾ ਲੈਂਟਰ ਦਾ ਜਿਹੜਾ ਕੰਮ ਹੈ ਚੱਲ ਰਿਹਾ। ਸਾਡੇ ਨਾਲ ਮਾਤਾ ਜੀ ਨੇ, ਅਸੀਂ ਸਾਰੇ ਪਰਿਵਾਰ ਨੂੰ ਨਹੀਂ ਲਿਆ ਨਾਲ ਤਾਂ ਜੋ ਇਨਸਲਟ ਨਾ ਮਹਿਸੂਸ ਕਰਨ। ਇਹ ਵੀ ਮਾਤਾ ਜੀ ਕਹਿੰਦੇ ਨੇ ਵੀ ਅਸੀਂ ਜ਼ਰੂਰ 2 ਸ਼ਬਦ ਕਹਿਣੇ ਨੇ। ਹਾਂਜੀ ਮਾਤਾ ਜੀ, ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ, ਉੱਚੀ ਬੋਲ। ਹਾਂਜੀ ਜੀ, ਹੜ੍ਹਾਂ ਆ ਗਏ ਸੀਗੇ, ਸਾਡੇ ਮਕਾਨ ਢਹਿ ਗਏ ਸੀਗੇ, ਸਾਰਿਆਂ ਨੇ ਹੈਲਪ ਕੀਤੀ ਆ, ਸਾਡੇ 'ਚ ਹਿੰਮਤ ਨਹੀਂ ਸੀ ਬਣਾਉਣ ਦੀ। ਸੋ ਬਹੁਤ ਧੰਨਵਾਦ ਮਾਤਾ ਜੀ, ਕੋਈ ਗੱਲ ਨਹੀਂ, ਇਹ ਤਾਂ ਫਰਜ਼ ਹੈ ਆਪਣਾ ਸਭ ਦਾ। ਸੋ ਇਹ ਵੀ ਮਾਤਾ ਜੀ ਇਹ ਕਹਿੰਦੇ ਵੀ ਅਸੀਂ ਲਾਜ਼ਮੀ, ਕੋਈ ਗੱਲ ਨਹੀਂ ਮਾਤਾ ਜੀ ਕਰੋ ਕੰਮ ਤੁਸੀਂ, ਬਹੁਤ ਧੰਨਵਾਦ। ਇਹ ਕਹਿੰਦੇ ਲਾਜ਼ਮੀ ਅਸੀਂ ਜਿਹੜਾ ਇਹ ਦੱਸਣਾ ਹੈਗਾ ਸੰਗਤ ਨੂੰ, ਅਸੀਂ ਧੰਨਵਾਦ ਕਰਨਾ, ਕਿਉਂਕਿ ਇਹ ਵੀ ਇੱਕ ਸਾਡਾ ਸਿਸਟਮ ਹੈ ਕਿ ਜਿਨ੍ਹਾਂ ਦੇ ਘਰਾਂ ਦੀ ਸੇਵਾ ਹੋਣੀ ਹੈ ਉਹਨਾਂ ਦਾ ਖਿਆਲ ਰੱਖਿਆ ਜਾਵੇ, ਉਹਨਾਂ ਦਾ ਸਵੈਮਾਨ ਬਰਕਰਾਰ ਰਹੇ ਤਾਂ ਜੋ ਆਸੇ ਪਾਸੇ ਇਨਸਲਟ ਨਾ ਮਹਿਸੂਸ ਕਰਨ। ਵੀਰ ਪਰਵਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਸੇਵਾ ਨਿਭਾਈ ਹੈ ਇਸੇ ਪਿੰਡ ਤੋਂ ਨੇ, ਲਗਾਤਾਰ ਜਿੰਨਾ ਵੀ ਖਰਚਾ ਹੋਇਆ ਸਾਰਾ ਇੱਕ ਇੱਕ ਚੀਜ਼ ਦਾ ਹਿਸਾਬ ਕਿਤਾਬ ਇਹਨਾਂ ਨੇ ਬਕਾਇਦਾ ਰੱਖਿਆ ਹੋਇਆ, ਇਹ ਵੀ 1 ਮਿੰਟ 'ਚ ਤੁਹਾਡੇ ਨਾਲ ਜਿਹੜੇ ਵਿਚਾਰ ਨੇ ਉਹ ਸਾਂਝੇ ਕਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਹ ਸੰਗਤ ਜੀਓ, ਜੋ ਪਿਛਲੇ ਦਿਨੀ ਪਿੰਡ ਫਤੂਹੀ ਵਾਲਾ ਪਿੰਡ ਰਾਮੇ ਤੋਂ ਭਾਈ ਹਰਜਿੰਦਰ ਸਿੰਘ ਜੀ ਮਾਂਝੀ ਦਰਬਾਰੇ ਖਾਲਸਾ ਵੱਲੋਂ ਮੈਨੂੰ ਸੇਵਾ ਲਾ ਕੇ ਗਏ ਸੀ, ਇਹਨਾਂ ਕਮਰਿਆਂ ਨੂੰ ਮੁੜ ਉਸਾਰੀ ਵਾਸਤੇ, ਜਿਨ੍ਹਾਂ ਦੀ ਮਾਲੀ ਨਹੀਂ ਸੀਗਾ ਇੰਨੀ ਵਧੀਆ ਨਹੀਂ ਸੀਗੀ,
ਸੋ ਉਹ ਮੁੜ ਉਸਾਰੀ ਨਹੀਂ ਕਰ ਸਕਦੇ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਪੂਰੀ ਸੰਗਤ ਦੇ ਸਾਥ ਦੇ ਨਾਲ ਅੱਜ ਜਿਹੜਾ ਇਹ ਨੇਪਰੇ ਹੋਣ ਜਾ ਰਿਹਾ ਕਾਰਜ, ਅੱਜ ਲੈਂਡਰ ਪੈ ਰਿਹਾ ਵਾ, ਇਹਦੀ ਸੇਵਾ ਵਾਸਤੇ ਜੋ ਵੀ ਮਾਇਆ ਤਿਲ ਫੁੱਲ ਭੇਟਾ ਜਿੱਥੋਂ ਵੀ ਆਈ ਆ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਖਾਸ ਕਰਕੇ ਭਾਈ ਮਾਂਝੀ ਜੀ ਦਾ, ਜਿਨ੍ਹਾਂ ਨੇ ਖਾਸ 23 ਤਰੀਕ ਤੋਂ ਜਿਸ ਦਿਨ ਦਾ ਲਗਭਗ ਇਸ ਏਰੀਏ ਦੇ ਵਿੱਚ ਪਾਣੀ ਨਹੀਂ ਆਇਆ ਉਦੋਂ ਤੋਂ ਇਹ ਸੇਵਾ ਨਿਭਾ ਰਿਹਾ। ਪਹਿਲਾਂ ਮੈਡੀਸਨ ਦੀ ਸੇਵਾ ਸੀ, ਫਿਰ ਜਿਨ੍ਹਾਂ ਦੇ ਦੂਜੀ ਮਰਗ ਹੋ ਗਈ ਆ ਹੜ੍ਹਾਂ ਦੇ ਕਾਰਨ, ਉੱਥੇ ਸੇਵਾ ਨਿਭਾਈ ਇਹਨਾਂ ਨੇ। ਇੱਕ ਪਿੰਡ ਮੁੰਡੀ ਚੋਲੀਆਂ ਸੀ, ਉੱਥੇ ਲੈਂਡਰ ਡਿੱਗ ਗਿਆ, ਉੱਥੇ ਸੇਵਾ ਦੇ ਕੇ ਆਏ। ਫਿਰ ਆ ਮਕਾਨਾਂ ਦੀ ਇਹਨਾਂ ਨੇ ਸਾਡਾ ਪਿੰਡ ਚੁਣਿਆ, ਉੱਥੇ ਇਹਨਾਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ 3 ਕਮਰੇ ਭਾਈ ਮੰਗਾ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਮਲਕੀਤ ਸਿੰਘ, ਇਹਨਾਂ ਦੀ ਮੁੜ ਉਸਾਰੀ ਕੀਤੀ ਗਈ ਆ। ਮੈਂ ਬਹੁਤ ਧੰਨਵਾਦ ਹਾਂ, ਪਿਛਲੇ ਦਿਨੀ ਇਹ ਸਾਡੇ ਪਿੰਡ DAP ਦੀ ਵੀ ਸੇਵਾ ਲੈ ਕੇ ਆਏ ਸੀਗੇ। ਅਸੀਂ ਸਾਰੇ ਨਗਰ ਵੱਲੋਂ, ਸਾਰੇ ਕਿਸਾਨ ਵੀਰਾਂ ਵੱਲੋਂ, ਸਾਰੇ SC ਭਾਈਚਾਰੇ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਜਿਹੜੇ ਲਗਭਗ 1 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਸਾਡੇ ਨਾਲ ਇਹ ਇੱਕਜੁੱਟ ਹੋ ਕੇ ਸਾਡੇ ਸਾਰ ਅਜੇ ਤੱਕ ਸਾਰ ਲੈਂਦੇ ਆਏ ਆ, ਜਿਹੜਾ ਕਿ ਪ੍ਰਸ਼ਾਸਨ ਇਸ ਤੱਕ ਨਹੀਂ ਕਰ ਸਕਦਾ। ਇਹਨਾਂ ਨੇ ਉਹ ਕਰ ਵਿਖਾਇਆ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜਿਹੀਆਂ ਜਿੰਨੀਆਂ ਵੀ ਜਥੇਬੰਦੀਆਂ ਹੈ ਨੇ ਜੋ ਵਾਕਈ ਹੀ ਜ਼ਮੀਨੀ ਪੱਧਰ ਉੱਤੇ ਗਰਾਊਂਡ ਜ਼ੀਰੋ 'ਤੇ ਜਾ ਕੇ ਸਾਨੂੰ ਕੰਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦਾ ਵੱਧ ਚੜ੍ਹ ਕੇ ਸਾਥ ਦਈਏ ਤਾਂ ਜੋ ਗਰੀਬ ਗੁਰਬਿਆਂ ਤੱਕ, ਲੋੜਵੰਦਾਂ ਤੱਕ ਹਰ ਉਹ ਜ਼ਰੂਰਤ ਦੀ ਚੀਜ਼ ਮੁਹੱਈਆ ਹੋ ਸਕੇ ਜਿਹਨਾਂ ਦੀ ਉਹਨਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਸਭ ਤੋਂ ਵੱਧ ਲੋੜ ਹੈ। ਅਤੇ ਉਮੀਦ ਅਸੀਂ ਵੀ ਇਹੀ ਕਰਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਦੀ ਸੰਗਤ, NRI ਭੈਣ ਭਰਾ ਇਹਨਾਂ ਜਥੇਬੰਦੀਆਂ ਦਾ ਜ਼ਰੂਰ ਵੱਧ ਚੜ੍ਹ ਕੇ ਸਾਥ ਦੇਣਗੇ ਤਾਂ ਜੋ ਪੰਜਾਬ ਦੇ ਉਹਨਾਂ ਭੈਣਾਂ ਭਰਾਵਾਂ ਤੱਕ ਹਰ ਚੀਜ਼ ਮੁਹੱਈਆ ਹੋ ਸਕੇ ਜੋ ਇਹਨਾਂ ਹੜ੍ਹਾਂ ਦੇ ਵਿੱਚ ਆਪਣਾ ਸਭ ਕੁਝ ਹੜਾ ਚੁੱਕੇ ਨੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।